ਬਹੁਤ ਹੀ ਜ਼ਿਆਦਾ ਲੈ, ਬਹੁਤ ਜ਼ਿਆਦਾ ਲੈ। ਤੁਸੀਂ ਜੁੜੇ ਹਮਦਰਦ ਮੀਡੀਆ ਦੇ ਨਾਲ ਅਤੇ ਮੈਂ ਹਾਂ ਬੇਅੰਤ ਸਿੰਘ ਰੋੜੀਆਂ। ਪੰਜਾਬ ਦੇ ਨੌਜਵਾਨ ਆਪਣੇ ਸੁਨਹਿਰੇ ਭਵਿੱਖ ਨੂੰ ਲੈ ਕੇ ਵਿਦੇਸ਼ਾਂ ਵੱਲ ਨੂੰ ਵਹੀਰਾਂ ਕਰਦੇ ਨੇ, ਵਿਦੇਸ਼ਾਂ ਦਾ ਰੁੱਖ ਕਰਦੇ ਨੇ, ਪਰ ਘਰਦਿਆਂ ਦੇ ਲਈ ਉਹ ਸੁੱਖ ਦਾ ਮਾਹੌਲ ਹੁੰਦਾ ਵੀ ਹੁਣ ਸਾਡੇ ਬੱਚੇ ਰੁਜ਼ਗਾਰ ਕਮਾਉਣ ਦੇ ਯੋਗ ਹੋ ਗਏ, ਪਰ ਕਿਤੇ ਨਾ ਕਿਤੇ ਉਦੋਂ ਗਮਹੀਨ ਮਾਹੌਲ ਹੋ ਜਾਂਦਾ ਜਦੋਂ ਕੋਈ ਉਹਨਾਂ ਦੇ ਨਾਲ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ। ਅਜਿਹਾ ਹੀ ਮਾਮਲਾ ਮਲੇਰਕੋਟਲਾ ਜ਼ਿਲ੍ਹਾ ਦੇ ਪਿੰਡ ਖੁਰਦ ਤੋਂ ਆਇਆ, ਜਿੱਥੇ ਮਾਪਿਆਂ ਦਾ ਇਕਲੌਤਾ ਪੁੱਤ ਕੈਨੇਡਾ ਦੇ ਲਈ ਹੁਣ ਤੋਂ 23 ਮਹੀਨੇ ਪਹਿਲਾਂ ਰਵਾਨਾ ਹੋਇਆ ਅਤੇ ਬੀਤੇ ਦਿਨੀ ਉਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਆਓ ਗੱਲਬਾਤ ਕਰਦੇ ਹਾਂ ਪਰਿਵਾਰਕ ਮੈਂਬਰਾਂ ਦੇ ਨਾਲ, ਜਾਣਦੇ ਹਾਂ ਆਖਰ ਕਦੋਂ ਉਹਨਾਂ ਦੀ ਆਖਰੀ ਵਾਰ ਉਹਨਾਂ ਦੇ ਬੇਟਾ ਦੇ ਨਾਲ ਗੱਲਬਾਤ ਹੋਈ ਅਤੇ ਕਿੱਦਾਂ ਦੇ ਜਿਹੜੇ ਹੈਗੇ ਨੇ ਉਹ ਹਾਲਾਤਾਂ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਸੀ। ਸੁਚੈਨ ਸਿੰਘ ਮੇਰਾ ਨਾਮ ਆ ਜੀ, ਅਤੇ ਤੁਸੀਂ ਗੁਰਮਹਿਕ ਦੇ ਪਿਤਾ? ਗੁਰਮਹਿਕ ਦਾ ਪਿਤਾ ਜੀ। ਠੀਕ ਹੈ ਜੀ, ਅਤੇ ਲਾਸਟ ਵਾਰ ਤੁਹਾਡੀ ਗੱਲ ਕਦੋਂ ਹੋਈ ਹੈ ਤੁਹਾਡੇ ਬੇਟੇ ਨਾਲ? ਇੱਕ ਦਿਨ ਪਹਿਲਾਂ ਹੋਈ ਹੈ ਜੀ, 18 ਮਿੰਟ ਗੱਲ ਹੋਈ ਹੈ ਮੇਰੇ ਨਾਲ ਪੂਰੀ। ਅੱਛਾ, ਅਤੇ ਇਹ ਕਿੰਨੇ ਕੁ ਦਿਨ ਪਹਿਲਾਂ ਦੀ ਘਟਨਾ ਜਿਹੜੀ ਇਹ ਹਾਦਸਾ ਵਾਪਰਿਆ? ਇੱਕ ਦਿਨ ਪਹਿਲਾਂ ਦੀ ਘਟਨਾ ਜੀ। ਅੱਛਾ, ਠੀਕ ਹੈ, ਮਤਲਬ ਇਹ ਕਿਹੜੀ ਤਰੀਕ, ਕਿੰਨੀ ਤਰੀਕ? 15 ਤਰੀਕ ਨੂੰ ਮੁੰਡਾ ਫੋਨ 'ਤੇ ਗੱਲ ਹੋਈ ਆ, 16 ਤਰੀਕ ਨੂੰ ਹਾਦਸਾ ਹੋਇਆ। 16 ਸਤੰਬਰ ਨੂੰ? ਹਾਂਜੀ। ਠੀਕ ਹੈ ਜੀ, ਅਤੇ ਗਿਆ ਕਿੰਨੇ ਟਾਈਮ ਪਹਿਲਾਂ ਸੀਗਾ ਜੀ ਕੈਨੇਡਾ? ਬਸ 23 ਕੁ ਮਹੀਨੇ ਹੋ ਗਏ ਗਏ ਨੂੰ ਸਮਝ ਲਓ। 23 ਮਹੀਨੇ ਹੋ ਗਏ, ਠੀਕ ਹੈ। ਕੈਨੇਡਾ ਦੇ ਕਿਹੜੇ ਸ਼ਹਿਰ ਦੇ ਵਿੱਚ ਸੀਗਾ ਜੀ? ਪਹਿਲਾਂ ਬਰੈਂਪਟਨ ਦੇ ਵਿੱਚ ਸਟੱਡੀ ਹੋਈ ਹੈ ਜੀ, ਫਿਰ ਉਸ ਤੋਂ ਬਾਅਦ 'ਚ ਮਸਕੋਕਾ ਕੰਮ ਦੇ ਰਿਲੇਟਡ ਮਸਕੋਕਾ ਚਲਿਆ ਗਿਆ। ਠੀਕ ਹੈ ਜੀ, ਅਤੇ ਉੱਥੇ ਵਧੀਆ ਕੰਮ ਕਰ ਰਿਹਾ ਸੀ, ਮਿਹਨਤੀ ਜਵਾਕ ਸੀ। ਹਾਂਜੀ, ਬਹੁਤ ਲਾਇਕ ਜਵਾਕ ਸੀ ਸਾਡਾ, ਬਹੁਤ ਹੀ ਜ਼ਿਆਦਾ ਲਾਇਕ ਜਵਾਕ, ਬਹੁਤ ਜ਼ਿਆਦਾ ਲਾਇਕ। ਸਾਡਾ ਬੱਚਾ ਬਹੁਤ ਲਾਇਕ ਸੀਗਾ ਜੀ, ਸਟੱਡੀ ਵੀਜ਼ੇ 'ਤੇ ਗਿਆ ਸੀ, ਲੋਕਾਂ ਨੇ ਮਗਰ ਦੇਖੋ ਦੇਖ ਬੱਚੇ ਤਿਆਰ ਹੋ ਜਾਂਦੇ ਜਾਣ, ਜੇ ਇੱਥੇ ਸਾਰਿਆਂ ਨੂੰ ਰੁਜ਼ਗਾਰ ਮਿਲੇ ਤਾਂ ਉਹ ਨਾ ਜਾਣਾ ਸੀ। ਸਰਕਾਰ ਨੂੰ ਸਾਰੇ ਬੱਚਿਆਂ ਨੂੰ ਕਿਸੇ ਨੂੰ ਬਾਹਰ ਜਾਣ ਦਾ ਜ਼ਰੂਰ ਕਹਿ ਰਹੇ ਹਾਂ। ਇੱਥੇ ਕਿੰਨੇ ਕਿਤੇ ਨਾ ਕਿਤੇ ਪਰਿਵਾਰ ਦਾ ਜਿਹੜਾ ਹੈਗਾ ਇਸ ਟਾਈਮ ਬਹੁਤ ਹੀ ਬੁਰਾ ਹਾਲ ਹੈ, ਕਿਉਂਕਿ ਇਕੱਲਾ ਬੱਚਾ ਸੀਗਾ ਪਰਿਵਾਰ ਦਾ, ਪਰਿਵਾਰ ਤੋਂ ਗੱਲ ਵੀ ਨਹੀਂ ਹੋ ਰਹੀ, ਅਤੇ ਮੈਂ ਹਜੇ 23 ਮਹੀਨੇ ਪਹਿਲਾਂ ਹੀ ਪੰਜਾਬ ਤੋਂ ਕੈਨੇਡਾ ਦੇ ਲਈ ਗਿਆ ਸੀ ਸਟੱਡੀ ਵੀਜ਼ੇ 'ਤੇ, ਅਤੇ ਹੁਣ ਪਰਿਵਾਰਕ ਮੈਂਬਰਾਂ ਨੂੰ ਇਹ ਸੀ ਕਿ ਕਿਤੇ ਨਾ ਕਿਤੇ ਅੱਗੇ ਜਾ ਕੇ ਸਾਨੂੰ ਸੁੱਖ ਦਾ ਸਾਹ ਆਏਗਾ ਅਤੇ ਸਾਡਾ ਸਹਾਰਾ ਬਣੇਗਾ, ਪਰ ਉਹੀ ਅੱਜ ਇਸ ਦੁਨੀਆ ਨੂੰ ਅਲਵਿਦਾ ਗਿਆ, ਅਤੇ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਹੁਣ ਕੀ ਕਦਮ ਚੁੱਕਦਾ ਹੈ, ਕਿਉਂਕਿ ਪੰਜਾਬ ਦੇ ਹੋਰ ਨੌਜਵਾਨ ਨੇ ਜਿਹੜੇ ਉਹ ਜਿਹੜੇ ਵਿਦੇਸ਼ ਜਾਣ ਦੀ ਤਾਂਘ ਦੇ ਵਿੱਚ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਇੱਥੇ ਰੁਜ਼ਗਾਰ ਮੁਹੱਈਆ ਕਰਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ, ਅਤੇ ਇਸ ਤੋਂ ਇਹ ਸਿੱਖਿਆ ਵੀ ਬਣਦੀ ਹੈ ਕਿ ਇਕੱਲੇ ਇਕੱਲੇ ਬੱਚੇ ਜਿਹੜੇ ਵਿਦੇਸ਼ਾਂ ਨੂੰ ਭੇਜੇ ਜਾਂਦੇ ਨੇ ਉਹ ਕਿਤੇ ਨਾ ਕਿਤੇ ਉਹਨਾਂ 'ਤੇ ਰੋਕ ਇੱਕ ਤਰ੍ਹਾਂ ਦੀ ਲੱਗਣੀ ਚਾਹੀਦੀ ਹੈ, ਤਾਂ ਜੋ ਪਿੱਛੇ ਮਾਪਿਆਂ ਦਾ ਜੋ ਹਾਲ ਹੈ ਉਹ ਬੁਰਾ ਨਾ ਹੋ ਸਕੇ। ਕੈਮਰਾਮੈਨ ਚਮਕੌਰ ਖਾਲਸਾ ਦਾ ਨਾਲ ਬੇਅੰਤ ਸਿੰਘ ਰੋੜੀਆਂ, ਹਮਦਰਦ ਮੀਡੀਆ ਦੇ ਲਈ ਮਲੇਰਕੋਟਲਾ ਤੋਂ।